ਕੈਪਟਨ ਦੀ ਔਰਤਾਂ ਲਈ ਮੁਫਤ ਸਫਰ ਸਕੀਮ ਦੀ ਪੋਲ ਖੁੱਲੀ ਹੈ। ਬੱਸ ਡਰਾਈਵਰ ਔਰਤਾਂ ਨੂੰ ਵੇਖ ਕੇ ਨਹੀਂ ਰੋਕ ਰਹੇ ਬੱਸਾਂ। ਬਰਨਾਲਾ ਬਠਿੰਡਾ ਕੌਮੀ ਸ਼ਾਹਰਾਹ ਤੇ ਔਰਤਾਂ ਨੂੰ ਬੱਸ ਰੋਕਣੀ ਪਈ ਮਹਿੰਗੀ ਪਈ ਹੈ। ਪੀਆਰਟੀਸੀ ਬੱਸ ਡਰਾਈਵਰ ਨੇ ਸੜਕ ਤੇ ਖੜੀਆਂ ਔਰਤਾਂ ਲਈ ਬੱਸ ਨਹੀਂ ਰੋਕੀ। ਔਰਤਾਂ ਨੇ ਤੇਜ਼ ਰਫ਼ਤਾਰ ਆਉਂਦੀ ਬੱਸ ਨੂੰ ਵੇਖ ਕੇ ਪਿੱਛੇ ਹੋ ਕੇ ਆਪਣੀ ਜਾਨ ਬਚਾਈ ਹੈ। ਰੋਸ ਵਜੋਂ ਔਰਤਾਂ ਨੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਦਰਅਸਲ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦਾ ਐਲਾਨ ਕੈਪਟਨ ਸਰਕਾਰ ਵੱਲੋਂ ਇਸ ਵਾਰ ਬਜਟ ਦੌਰਾਨ ਕੀਤਾ ਗਿਆ ਹੈ। ਪਰ ਕੈਪਟਨ ਦੀ ਔਰਤਾਂ ਲਈ ਮੁਫ਼ਤ ਸਫ਼ਰ ਸਕੀਮ ਦੀ ਇੱਥੇ ਪੋਲ ਖੁੱਲੀ ਹੈ। ਬੱਸ ਡਰਾਈਵਰ ਔਰਤਾਂ ਨੂੰ ਵੇਖ ਕੇ ਬੱਸ ਨਹੀਂ ਰੋਕ ਰਹੇ। ਬਰਨਾਲਾ ਬਠਿੰਡਾ ਕੌਮੀ ਸ਼ਾਹਰਾਹ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਔਰਤਾਂ ਨੂੰ ਬੱਸ ਰੋਕਣੀ ਮਹਿੰਗੀ ਪਈ ਹੈ। ਪੀਆਰਟੀਸੀ ਬੱਸ ਡਰਾਈਵਰ ਨੇ ਸੜਕ ਤੇ ਖੜੀਆਂ ਔਰਤਾਂ ਲਈ ਬੱਸ ਨਹੀਂ ਰੋਕੀ। ਔਰਤਾਂ ਨੇ ਤੇਜ਼ ਰਫ਼ਤਾਰ ਆਉਂਦੀ ਬੱਸ ਨੂੰ ਵੇਖ ਪਿੱਛੇ ਹੋ ਕੇ ਆਪਣੀ ਜਾਨ ਬਚਾਈ ਹੈ। ਰੋਸ ਵਜੋਂ ਔਰਤਾਂ ਨੇ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। 9 ਵਜੇ ਤੋਂ ਲੈ ਕੇ ਇੱਥੇ ਖੜੀਆਂ ਕੈਪਟਨ ਨੂੰ ਬਸ ਤਾਂ ਇਹੀ ਕਰਦੇ ਹਾਂ, ਕਿਸੇ ਆਪਾਂ ਕਰਦੇ ਹਾਂ ਕੈਪਟਨ ਦਾ ਵੀ ਸਾਨੂੰ ਪਹਿਲਾਂ ਤਾਂ ਅਸੀਂ ਪੁਲ ਦੇ ਥੱਲੇ ਖੜੀਆਂ ਸੀ, ਉੱਥੋਂ ਬੱਸਾਂ ਫਿਰ ਉੱਪਰ ਦੀ ਲੈ ਕੇ ਆਉਣ ਲੱਗ ਗਏ। ਹੁਣ ਅਸੀਂ ਜਦੋਂ ਉੱਪਰ ਦੀ ਬੱਸਾਂ ਲੈ ਕੇ ਆਉਂਦੇ ਨੇ ਤਾਂ ਅਸੀਂ ਸਾਡੇ ਉੱਤੇ ਸਾਡੇ ਉੱਪਰ ਬੱਸ ਚੜਾਦੀ ਸੀ। ਜੇ ਕੋਈ ਸਾਡਾ ਕੋਈ ਨੁਕਸਾਨ ਜਾਂ ਨਫਾ ਹੋ ਗਿਆ ਕੈਪਟਨ ਇਹਦਾ ਜ਼ਿੰਮੇਦਾਰ ਹੈਗਾ। ਅਸੀਂ ਕੈਪਟਨ ਦਾ ਸਿਆਪਾ ਇੱਥੇ ਖੜੀਆਂ ਕਰੀ ਜਾਂਦੀ ਹਾਂ। ਕੈਪਟਨ ਕਹਿੰਦਾ ਮੈਂ ਫ੍ਰੀ ਕਿਰਾਇਆ ਕਰਤਾ, ਮੈਂ ਐਂ ਕਰ ਦੂੰ, ਮੈਂ ਵਾਹ ਕਰ ਦੂੰ। ਸਾਨੂੰ ਤਾਂ 6 ਮਹੀਨੇ ਹੋ ਗਏ, ਪਹਿਲਾਂ ਤਾਂ ਕਰੋਨਾ ਨੇ ਉਹ ਕਰਤਾ ਵੀ ਰੱਦ ਹੋਣਗੇ। ਹੁਣ ਕੈਪਟਨ ਨੇ ਕਹਿਤਾ ਆਪਦੀ ਸਿਆਸਤ ਕਰਕੇ ਵੀ ਮੈਂ ਵੋਟਾਂ ਲੈ ਸਾਰੀਆਂ ਵੋਟਾਂ ਲੈਣ ਦੇ ਇਹਦੇ ਕੰਮ ਨੇ ਵੀ ਮੈਨੂੰ ਵੋਟਾਂ ਪਾਉਣ ਅਤੇ ਵੋਟਾਂ ਦਾ ਉਹ ਹੋਵੇ। ਸਾਡੀ ਤਾਂ ਇਹੀ ਇਹਨੂੰ ਇਹੀ ਬੇਨਤੀ ਆ ਵੀ ਜ਼ਿਆਦਾ ਕਿਰਾਇਆ ਫ੍ਰੀ ਕਰ ਦੇਣਾ ਜਾਂ ਬੱਸਾਂ ਰੋਕੋ ਜਾਂ ਬੱਸਾਂ ਨੂੰ ਜਿੰਨੀਆਂ ਵੀ ਸਵਾਰੀਆਂ ਚੜ੍ਹਦੀਆਂ ਚੜ੍ਹਾਓ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਨੇ ਜਿਹੜੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਪਾਸ ਕਰਿਆ ਜਾਵੇ, ਜਿਹੜੇ ਇਹਨਾਂ ਨੇ ਕਾਨੂੰਨ ਬੋਲੇ ਨੇ। ਅਸੀਂ ਇੱਥੇ ਹੈਰਾਨ ਹੋਈ ਜਾਂਦੇ 9 ਵਜੇ ਦੇ, ਅਸੀਂ 15 ਜਣੀਆਂ ਇੱਥੇ ਸਾਡੇ ਬੱਸ ਉੱਤੋਂ ਨਹੀਂ ਲੰਘਾ ਦੇਣੀ ਸੀ ਇਹਨਾਂ ਨੇ, ਅਤੇ ਸਾਡੀ ਸੁਣੀ ਜਾਵੇ। ਸਰਕਾਰ ਨੂੰ ਇਹੀ ਅਪੀਲ ਆ ਸਾਡੀ ਵੀ ਸਾਡੇ ਨਾਲ ਵੀ ਉਹੀ ਭਾਈਚਾਰੇ ਜਿਹੜੇ ਦਾਣੇ ਮੰਡੀਆਂ 'ਚ ਬੰਦੇ ਰੋੜ ਰਹੇ ਨੇ ਅਤੇ ਬੁੜੀਆਂ ਇੱਥੇ ਆ ਹੈਰਾਨ ਹੋਈ ਜਾਂਦੀਆਂ। ਸਰਕਾਰ ਦਾ ਸਿਲਾ ਦੇ ਰਹੀ ਹੈ ਸਾਨੂੰ ਵੋਟਾਂ ਪਵਾਈਆਂ ਦਾ, ਅਤੇ ਮੂਹਰੇ ਵੋਟਾਂ ਆਉਣਗੀਆਂ ਇਹਨਾਂ ਦਾ ਕੀ ਸਿਲਾ ਨਿਕਲੂ ਆ ਦਿਸ ਹੀ ਜਾਂਦਾ, ਇਹਨਾਂ ਨੂੰ ਆਪ ਹੀ ਦੇਖੀ ਜਾਂਦੇ ਆ।